ਲੋ ਜੀ ਪਰ ਪੰਜਾਬੀਆਂ ਨੂੰ ਹੁਣ ਬਿਜਲੀ ਕੱਟ ਦੁਬਾਰੇ ਫੇਰ ਲੱਗਿਆ ਕਰਨਗੇ ਉਲਟਾ ਬ੍ਰਿਜ ਦੇਖ ਲਓ ਫੋਟੋ ਤੇ ਹੀ ਦਿਖਾਉਂਦੇ ਹੁੰਦੇ ਨੇ ਪੰਜਾਬ 'ਚ ਹੁਣ ਲੱਗਣਗੇ ਲੰਬੇ ਪਾਵਰ ਕੱਟ ਪੋਲਾਂ ਨਾਲ ਪਹੁੰਚਣ ਕਰਕੇ ਬਿਜਲੀ ਦਾ ਉਤਪਾਦਨ ਹੋਇਆ ਬੰਦ ਏਬੀਪੀ ਸਾਂਝੇ ਵਾਲਿਆਂ ਨੇ ਛਾਪੀ ਹੈ ਜੀ ਖਬਰ ਪੰਜਾਬ ਦੇ ਥਰਮਲ ਪਲਾਂਟਾਂ ਤੱਕ ਪੋਲਾਂ ਨਾਲ ਪਹੁੰਚਣ ਕਾਰਨ ਬਿਜਲੀ ਦਾ ਉਤਪਾਦਨ ਬੰਦ ਹੋ ਗਿਆ ਕੈਪਟਨ ਸਰਕਾਰ ਨੇ ਦੱਸਿਆ ਕਿ ਕੋਲੇ ਦੀ ਕਮੀ ਕਾਰਨ ਅੱਜ ਆਖਰੀ GVK ਥਰਮਲ ਪਲਾਂਟ ਵੀ ਬੰਦ ਹੋ ਗਿਆ ਪੰਜਾਬ 'ਚ ਸਰਕਾਰੀ ਅਤੇ ਨਿੱਜੀ 5 ਥਰਮਲ ਪਲਾਂਟ ਹਨ ਜਿਨ੍ਹਾਂ 'ਚੋਂ 4 ਪਹਿਲਾਂ ਹੀ ਬੰਦ ਹੋ ਚੁੱਕੇ ਹਨ ਪੰਜਾਬ 'ਚ ਹੁਣ ਲੰਬੇ ਲੰਬੇ ਪਾਵਰ ਕੱਟ ਲੱਗ ਸਕਦੇ ਹਨ ਸੂਬਾ ਸਰਕਾਰ ਨੇ ਉਹਨਾਂ ਸਰੋਤਾਂ ਤੋਂ ਬਿਜਲੀ ਖਰੀਦ ਕੇ ਪੰਜਾਬ ਦੀ ਪਾਵਰ ਸਪਲਾਈ ਬਹਾਲ ਰੱਖੀ ਹੈ ਸਰਕਾਰ ਦਾ ਕਹਿਣਾ ਹੈ ਕਿ ਰੇਲ ਮੰਤਰਾਲੇ ਵੱਲੋਂ ਮਾਲ ਗੱਡੀਆਂ ਨਾ ਸ਼ੁਰੂ ਕਰਨ ਕਰਕੇ ਇਹ ਨਾ ਬਤਾਈ ਹੈ ਕੇਂਦਰ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਜਦ ਤੱਕ ਕਿਸਾਨ ਯਾਤਰੀ ਗੱਡੀਆਂ ਨੂੰ ਜਾਣ ਦੀ ਇਜਾਜ਼ਤ ਨਹੀਂ ਦੇਣਗੇ ਉਨ੍ਹਾਂ ਚਿਰ ਮਾਲ ਗੱਡੀਆਂ ਨੂੰ ਪੰਜਾਬ 'ਚ ਚੱਲਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾਵੇਗੀ ਲਓ ਜੀ ਗੱਡੀਆਂ ਨੂੰ ਲੈ ਕੇ ਹੁਣ ਜਿੱਥੇ ਜੱਟ ਬੈਠੇ ਨੇ ਕਿ ਲਗਾਤਾਰ ਕਿਸਾਨ ਬੈਠੇ ਨੇ ਆਪਣੇ ਧਰਨਿਆਂ 'ਤੇ ਅਤੇ ਦੂਜੇ ਪਾਸੇ ਸੈਂਟਰ ਵਾਲੇ ਵੀ ਰੁੱਖੇ ਵਰਤਣੇ ਪੰਜਾਬ ਤੋਂ